73ਵੇਂ ਆਜ਼ਾਦੀ ਦਿਹਾੜੇ ਤੇ ਰੂਪਨਗਰ ਆਈਆਈਟੀ ਦੇ ਪ੍ਰਬੰਧਕਾਂ ਵੱਲੋਂ ਇੱਕ ਵੱਖਰੀ ਮਿਸਾਲ ਪੇਸ਼ ਕਰਦੇ ਹੋਏ ਜ਼ਿਲ੍ਹੇ ਵਿੱਚ ਸਭ ਤੋਂ ਉੱਚਾ ਤੇ ਵੱਡਾ ਤਿਰੰਗਾ ਝੰਡਾ ਲਹਿਰਾ ਕੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਹ ਝੰਡਾ 100 ਫੁੱਟ ਦੀ ਉਚਾਈ ਤੇ ਲਹਿਰਾਇਆ ਗਿਆ। ਇਸ ਝੰਡੇ ਨੂੰ ਆਈਆਈਟੀ ਦੇ ਡਾਇਰੈਕਟਰ ਐਸਕੇ ਦਾਸ ਨੇ ਰਿਮੋਟ ਦੇ ਨਾਲ ਚੜਾਇਆ। ਇਸ ਝੰਡੇ ਦੀ ਇੰਨੀ ਜ਼ਿਆਦਾ ਉਚਾਈ ਹੋਣ ਕਰਕੇ ਨਾਲ ਲੱਗਦੇ ਦਰਜਨਾਂ ਪਿੰਡਾਂ ਤੋਂ ਦਿਖਾਈ ਦਿੰਦਾ। ਹੁਣ ਇਹ ਝੰਡਾ ਪੱਕੇ ਤੌਰ ਤੇ ਆਈਆਈਟੀ ਦੀ ਸ਼ਾਨ ਵਧਾਏਗਾ।